ਠੀਕ ਆ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਵੀ ਪਸੰਦ ਆਏ ਹੋਣਗੇ ਮੈਂ ਤਾਂ ਕਹਿੰਦਾ ਨਾ ਰੱਬ ਕਰੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਰੱਬ ਕਰੇ ਤੇਰਾ ਇੱਕ ਵੀ ਨਾ ਵਿਕੇ ਇਹ ਵਾਲਾ ਸੂਟ ਬਹੁਤ ਸੋਹਣਾ ਵਾ ਲਾਈਨਿੰਗ ਵਿਦਆਊਟ ਲਾਈਨਿੰਗ ਬਣੇਗਾ ਬਹੁਤ ਸੌਫਟ ਕੱਪੜਾ ਵਾ ਤੇ ਜਾਨ ਬਹੁਤ ਸੌਖੀ ਆ ਇਹਦੇ ਵਿੱਚ ਤੇ ਘਰ ਵਾਲਿਆਂ ਦੀ ਔਖੀ ਆ देखो कि जद असली होंगे ने है ना ऐसा 3D आ सारा बॉटम भी सेम प्रिंट सो जिहड़े रंग दा जिहड़े रंग दा पता ना लगे उहनूं कह दो इंग्लिश कलर है जी तेरी तो फैशन बुटीक दा कोई सूट नहीं खरीदना जे मेरे नाल आ जाए तो हैलो जी सत श्री अकाल दोस्तों स्वागत करते हैं तुहाडा जस रीना ब्लॉग चैनल ते हैलो जी सत श्री अकाल स्वागत करते हैं तुहाडा री फैशन बुटीक ते हुण अद्धे जणे कन्फ्यूज होणगे बई कई वारी मनप्रीत ब्लॉग बणाउंदी इकट्ठे कह दिंदी है कि जसरी ना ब्लॉग चैनल तेरी तो फैशन बुटीक ते ठीक है सो साडा दोनों दा चैनल सांझा हैगा सो असीं वीडियो पाउण पिछे लड़ पैने कई वारी मैं ब्लॉग पाउणे हुंदे इहने सूट पाउणे हुंदे ठीक है मैं हुण ब्लॉग एडिट करदा सीगा कहिंदी मेरे सूटां दी वीडियो बना के दे ठीक है हुण इहदी सूटां दी वीडियो बनाउणी तां हैगी मैं किराया लगूगा मैं खज्जल खुआर करू दिन पूरी ठीक है ना हुण इहने सूट दिखाउणे आ मैं विच इंटरव्यू करना ठीक है साझे ब्लॉग नूं कंटिन्यू देखदे रहो ठीक है ते मेरीआं भैणां जिहड़ियां साडे नाल जुड़ियां ने है ना सारे बहुत वधिया रिस्पोंस आ रहा है ना तो थोड़ा तह दिलों धन्यवाद करते हैं सो अज वाले सूट बहुत सोहने आ भाई देख लियो ठीक है ना मैं कहता हूँ सच्ची सच्ची सीरियसली बहुत सोहने सूट ने सारे ते पीस ने सारी बहुत सारे सिर आ रहे हैं दिखाए होंगे उदो अगला दो चिता चित हों के लीए ना लीए है सो जो मनप्रीत सूट पाया आ गई मंगना ब्लॉग दिखा चुके हैं बट बहुत डिमांड उत्ते फिर मंगाया बतका वाला सूट ठीक है एक पीस ही एक पीस ही रह गया पहला काफी स्टॉक निकलिया अपना सो अज वाले सूट आ जी सारे दे बजट विच आ ठीक आ सो कदे भी ऑनलाइन किसी दे आ एवें फसिया ना करो बहुत कुछ होई जांदा असा साडे कोल वीडियो सानू लिंक कई वार भेजदे आ भेजे जांदे आ 100 रुपए दा सूट 150 रुपए दा सूट 250 दा सूट तुसीं आप देख लो वी इह चीजां की हो सकदियां ने जां की इहो जिहियां होणगियां अंदाजा ला सकदे हो ਜਦ ਕਿ ਕੱਪੜਾ ਇਦਾਂ ਹੁੰਦਾ ਇੰਨਾ ਖਾਂਦਾ ਕੂੜਾ ਪਾ ਨਹੀਂ ਸਕਦੇ ਆਪਾਂ ਉਹ ਜੇ ਆਪਾਂ ਕਹਿੰਦੇ ਵੀ ਜੇ ਆਪਾਂ ਬਾਰੀਆਂ ਸ਼ੀਸ਼ੇ ਸਾਫ ਕਰਨੇ ਹੋਣ ਨਾ ਤੇ ਉਹਨੇ ਉਹ ਕੱਪੜਾ ਇਹੋ ਜਿਹਾ ਹੁੰਦਾ ਉਹ ਵੀ ਨਹੀਂ ਸਾਫ ਕਰਦਾ ਇੰਨਾ ਮਾੜਾ ਕੱਪੜਾ ਹੁੰਦਾ ਬਾਕੀ ਪਾਉਣਾ ਤਾਂ ਬਹੁਤ ਔਖਾ ਹੈਗਾ ਠੀਕ ਆ ਸੋ ਜਾਏ ਟਾਈਮ ਨਾਲ ਲੈਂਦੇ ਹੋਏ ਠੀਕ ਆ ਤੇ ਮਨਪ੍ਰੀਤ ਦੀ ਖਜਲਵਾਰੀ ਸ਼ੁਰੂ ਹੋਣ ਲੱਗੀ ਆ ਸਾਰੇ ਟਿਕਾ ਕੇ ਦੇਖਿਓ ਠੀਕ ਆ ਓਕੇ ਤੇ ਫਿਰ ਵਲੌਗ ਕਰਦੇ ਆ ਸਟਾਰਟ ਆਪਾਂ ਲੈ ਕੇ ਆਨੇ ਆ ਹੁਣ ਸੂਟ ਅੱਜ ਆਪਾਂ ਸੂਟਾਂ ਦੀ ਵੀਡੀਓ ਲੈ ਕੇ ਆਏ ਵਲੌਗ ਨਹੀਂ ਹੈਗਾ ਮੇਰਾ ਵਲੌਗ ਹੈ ਇਹਦੇ ਸੂਟ ਆ ਅੱਜ ਦੋਨੇ ਚੀਜ਼ਾਂ ਭੜਨਗੀਆਂ ਠੀਕ ਆ ਸਾਰਿਆਂ ਜੁੜੇ ਰਿਹੋ ਠੀਕ ਆ ਓਕੇ ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਤੁਹਾਨੂੰ ਸੂਟ ਦਿਖਾਉਣੇ ਆ ਕੰਮ ਦੋਨੇ ਹੀ ਹੋ ਜਾਣਗੇ ਠੀਕ ਆ ਓਕੇ ਚਲੋ ਫਿਰ ਆ ਜਾਓ ਫਿਰ ਕਰੀਏ ਸਟਾਰਟ ਲਓ ਵੀ ਦੋਸਤੋ ਹੋ ਜਾਓ ਸਾਰੇ ਜਣੇ ਰੈਡੀ ਤੇ ਫੋਨ ਫੜਾ ਦਿਓ ਆਪਣੇ ਘਰ ਵਾਲੀਆਂ ਨੂੰ ਓਕੇ ਤੇ ਪਾਲੋ ਘਰੇ ਕਲੇਸ਼ ਕਿਉਂਕਿ ਸੂਟ ਅੱਜ ਫੇਰ ਦਿਖਾਉਣ ਲੱਗੇ ਆ ਓਕੇ ਚਲੋ ਫਿਰ ਮਨਪ੍ਰੀਤ ਸੋ ਪਹਿਲਾਂ ਰਿਵਿਊ ਕਰਦੇ ਆ ਜੀ ਜਿਹੜਾ ਸੂਟ ਪਾਇਆ ਹੋਇਆ ਮਨਪ੍ਰੀਤ ਦੇ ਇਹ ਵਾਲਾ ਬੱਤਕਾਂ ਵਾਲਾ ਇੱਥੋਂ ਸ਼ੁਰੂ ਕਰੀਏ ਪਹਿਲਾਂ ਚੱਲ ਫਿਰ ਬਹੁਤ ਸੋਹਣਾ ਲੱਗਾ ਇਹ ਸੂਟ ਸੋ ਮੈਂ ਤਾਂ ਇਹ ਸਟਿਚ ਕਰਵਾ ਹੀ ਲਿਆ ਸੀਗਾ ਕਿਉਂਕਿ ਸੋਹਣਾ ਹੀ ਬਹੁਤ ਲੱਗਾ ਸੀਗਾ ਇਹ ਚ ਡਬਲ ਸ਼ੇਡ ਜਿਹਾ ਹੈਗਾ ਇਹਦੇ ਚ ਪਿੰਕ ਔਰੇਂਜ ਦਾ ਦੁਪੱਟਾ ਵੀ ਨਾਲ ਹੀ ਆਇਆ ਸੀ ਇਹਦੇ ਦੁਪੱਟਾ ਇਹਨਾਂ ਕਾਟਨ ਦਾ ਵਾ ਪ੍ਰਿੰਟਡ ਸੇਮ ਸੂਟ ਹੈਗਾ ਇਦਾਂ ਦਾ ਵੇਖ ਲਓ ਤੋ ਸੋ ਰੀਤ ਫੈਸ਼ਨ ਬੁਟੀਕ ਤੇ ਬਾਈ ਜੀ ਤੁਹਾਨੂੰ ਦੋ ਬੱਤਕਾਂ ਮਿਲਣ ਜਾ ਰਹੀਆਂ ਨੇ ਜੋੜਾ ਓਕੇ ਤੁਸੀਂ ਲੈ ਜਾ ਸਕਦੇ ਹੋ ਆਪਣੇ ਘਰੇ ਠੀਕ ਆ ਤੂੰ ਪਹਿਲਾਂ ਇਹ ਵਾਲਾ ਸੂਟ ਦਿਖਾ ਦੋ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਦਿਖਾਵਾਂਗੇ ਲਓ ਜੀ ਪੈ ਗਿਆ ਬੰਗਾ ਮੈਨੂੰ ਪਹਿਲਾਂ ਹੀ ਪਤਾ ਸੀਗਾ
ਲੱਭ ਗਿਆ ਲੱਭ ਗਿਆ ਲੱਭ ਗਿਆ ਲੱਭ ਗਿਆ ਲੱਭ ਗਿਆ ਇਹ ਵਾਲਾ ਸੂਟ ਬਹੁਤ ਸੋਹਣਾ ਵਾ ਲਾਈਨਿੰਗ ਵਿਦਆਊਟ ਲਾਈਨਿੰਗ ਬਣੇਗਾ ਬਹੁਤ ਸੌਫਟ ਕੱਪੜਾ ਵਾ ਤੇ ਜਾਨ ਬਹੁਤ ਸੌਖੀ ਆ ਇਹਦੇ ਵਿੱਚ ਤੇ ਘਰ ਵਾਲਿਆਂ ਦੀ ਔਖੀ ਆ ਘਰ ਵਾਲਿਆਂ ਦੀ ਤਾਂ ਔਖੀ ਹੋ ਗਈ ਜਿਹਦੇ ਘਰ ਆਈ ਤੇ ਕਹਿੰਦਾ ਆਹ ਸੂਟ ਮੈਨੂੰ ਲੈ ਕੇ ਦੇ ਮੈਨੂੰ ਨੀ ਪਤਾ ਨਹੀਂ ਤਾਂ ਰੋਟੀ ਨੀ ਪੱਕਣੀ ਰਾਤ ਦੀ ਕਰਕੇ ਹਟੀ ਆ ਮੈਨੂੰ ਆਹ ਸੂਟ ਬਹੁਤ ਸੋਹਣਾ ਲੱਗਦਾ ਇਹਨਾਂ ਦੇ ਵਿੱਚ ਹੈਗਾ ਵਾ ਮੈਂ ਦਿਖਾਨੀ ਆ ਕਾਫੀ ਸੂਟ ਨੇ ਕਲਰ ਨੇ ਉਹਨਾਂ ਚ ਡਿਜ਼ਾਈਨ ਨੇ ਲਓ ਜੀ ਉਹ ਸੂਟ ਤਾਂ ਮੈਨੂੰ ਬਹੁਤ ਸੋਹਣੇ ਲੱਗੇ ਜਲਦੀ ਜਲਦੀ ਆਪਾਂ ਟਾਈਮ ਜ਼ਿਆਦਾ ਲੰਬਾ ਵਲੌਗ ਨਹੀਂ ਕਰਨਾਗਾ ਉਹ ਸੂਟ ਜਲਦੀ ਜਲਦੀ ਤੁਹਾਨੂੰ ਸੂਟ ਦਿਖਾਨੇ ਆ ਇੱਕ ਇਹ ਵਾਲਾ ਸੂਟ ਆ 3D ਚ ਨੇ ਜੀ ਸਾਰੇ ਇਹ ਤੇ ਪ੍ਰਿੰਟ ਬਹੁਤ ਸੋਹਣਾ ਇਹਨਾਂ ਦਾ ਦੇਖੋ ਕਿੰਨਾ ਸੋਹਣਾ ਇਹ ਕਮੀਜ਼ ਆ ਗਿਆ ਹਨਾ ਇਹ ਸ਼ਰਟ ਆ ਆ ਇਹਦੇ ਨਾਲ ਬਾਟਮ ਆ ਕੱਪੜਾ ਬਹੁਤ ਸੌਫਟ ਹੈ ਬਹੁਤ ਹਲਕਾ ਜਿਹਾ ਲਓ ਜੀ ਇਹਨੂੰ ਕਫ ਕਰਦਾ ਪੂਰਾ ਇਹ ਤਾਂ ਉਹੀ ਕਫ ਹੋਈ ਜਾਂਦਾ ਦੇਖੋ ਜਿੱਦਾਂ ਪਾ ਹੁੰਦਾ ਨਹੀਂ ਸੌਫਟ ਬਹੁਤ ਆ ਮਤਲਬ ਪਾਏ ਦਾ ਪਤਾ ਵੀ ਨਹੀਂ ਲੱਗਣਾ ਇਹ ਤੇ ਫਿਰ ਪਾਉਣ ਦਾ ਫਾਇਦਾ ਵੀ ਕੀ ਜੇ ਪਤਾ ਹੀ ਨਹੀਂ ਲੱਗਾ ਹੋਏ ਇਹ ਗੱਲ ਝੂਠੀ ਫੇਰ ਗਰਮੀ ਚ ਪਤਾ ਨਹੀਂ ਲੱਗਦਾ ਇਹ ਗੱਲ ਝੂਠੀ ਫੇਰ ਨਹੀਂ ਤੇਰਾ ਲੈਣਾ ਕਿਸੇ ਨੇ ਸੂਟ ਜਦੋਂ ਪਾਇਆ ਤਾਂ ਵਿਖਾਉਣਾ ਚਲੋ ਠੀਕ ਆ ਅੱਗੇ ਵਾਲਾ ਠੀਕ ਆ ਇਹ ਜਾਨੀ ਕਿ ਇਹ ਚ ਕਲਰ ਤੇ ਡਿਜ਼ਾਈਨਿੰਗ ਮਿਲ ਜੂਗੀ ਇਹ ਬਲੈਕ ਗ੍ਰੇ ਜਿਹਾ ਕਲਰ ਚ ਆ ਆ ਵੀ ਬਹੁਤ ਸੋਹਣਾ ਕਲਰ ਆ ਇਹਦਾ ਵੀ ਸੇਮ ਕੰਬੀਨੇਸ਼ਨ ਆ ਦੇਖੋ ਕਿੰਨਾ ਸੋਹਣਾ ਲੱਗਦਾ ਹਨਾ ਵੀਡੀਓ ਜੀ ਬੜਾ ਸੋਹਣਾ ਲੱਗੀ ਜਾਂਦਾ ਜੋ ਪਾਇਆ ਕਿੰਨਾ ਸੋਹਣਾ ਲੱਗੂਗਾ ਬਾਕੀ ਜਦੋਂ ਇਹਨੂੰ ਬਣਾਇਆ ਗਿਆ ਇਹਦੇ ਉੱਤੇ ਥੋੜੀਆਂ ਥੋੜੀਆਂ ਲਾਈਸਾਂ ਐਡ ਕਰਕੇ ਫਿਰ ਦੇਖੋ ਚੀਜ਼ ਬਣਦੀ ਸੋ ਨੈਕਸਟ ਆ ਗਿਆ ਇਹ ਗ੍ਰੀਨ ਵਾਲਾ ਇਹ ਗ੍ਰੀਨ ਕਲਰ ਦੇ ਵਿੱਚ ਆ ਬਸ ਸੇਮ ਹੈ ਬਾਟਮ ਇਹ ਵੀ ਬਹੁਤ ਸੋਹਣਾ ਕਲਰ ਲੱਗ ਰਿਹਾ ਗ੍ਰੀਨ ਵਾਲਾ ਓਕੇ ਇੱਕ ਹੈਗਾ ਲੈ 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 ਇਹਦੀ ਗੱਲ ਕਰਦੀ ਸੀ ਨਾ ਹੈ ਓਏ ਆਹ ਵਾਲਾ ਕਲਰ ਨਾ ਕਾਫੀ ਕਲਰ ਮੇਰੇ ਕੋਲ ਹੈ ਨਹੀਂ ਵਜਾ ਹੈ ਨਹੀਂ ਆ ਚੀਜ਼ ਆ ਬਸ ਵਧੀਆ ਲੈ ਦੇ ਓਏ ਵਾਲਾ ਸੂਟ ਆ ਦੇਖੋ ਕਿੰਨਾ ਸੋਹਣਾ ਲੱਗਦਾ ਜਦੋਂ ਅਸਲੀ ਹੁੰਦੇ ਨੇ ਹਨਾ ਇਦਾਂ ਵਿੱਚ ਤੁਸੀਂ ਦੇਖਦੇ 3D ਆ ਸਾਰਾ ਇਹਦੀ ਬਾਟਮ ਵੀ ਸੇਮ ਪ੍ਰਿੰਟ ਦੇ ਵਿੱਚ ਆ ਹਾਂਜੀ ਸਾਰਿਆਂ ਚ ਪ੍ਰਿੰਟ ਸੇਮ ਹੀ ਆ ਪਰ ਮੈਂ ਕਹਿੰਦਾ ਵੀ ਪਾਏ ਦਾ ਪਤਾ ਲੱਗੂਗਾ ਮਨਪ੍ਰੀਤ ਕਹਿੰਦੀ ਪਾਏ ਦਾ ਪਤਾ ਨਹੀਂ ਲੱਗੂਗਾ ਪਰ ਮੈਂ ਕਹਿੰਦਾ ਪਾਇਆ ਦਾ ਪਤਾ ਲੱਗੂ ਨਹੀਂ ਲੱਗੇਗਾ ਸੋ ਕਿੰਨੇ ਸੂਟ ਆ 3-4 ਕਿੰਨੇ ਕੱਢਤੇ ਸੀਗੇ 2 ਸੇਮ ਇੱਕੋ ਜਿਹੇ ਸੀ ਹਨਾ ਓਕੇ ਠੀਕ ਆ 4-5 ਸੂਟ ਹੀ ਆ ਜੀ ਇਹ ਵਾਲਾ ਦੇ ਸੀ ਆਪਾਂ ਨੂੰ ਮਸਾ ਹੀ ਦੁਬਾਰਾ ਮਿਲਿਆ ਆ ਜੀ ਗੋਲਡਨ ਵਾਲਾ ਗੋਲਡਨ ਪ੍ਰਿੰਟ ਵਾਲਾ ਬਲੈਕ ਇਹਦੇ ਨਾਲ ਪਲੇਨ ਬਾਟਮ ਆ ਤੇ ਵੀ ਬਹੁਤ ਜ਼ਿਆਦਾ ਸੋਹਣਾ ਵਾ ਬਹੁਤ ਸੋਹਣਾ ਅਤੀ ਸੁੰਦਰ ਬਹੁਤ ਦੂਰ ਤੱਕ ਜਾਏਗੀ ਰੀਤ ਫੈਸ਼ਨ ਬੁਟੀਕ ਮੈਂ ਇੱਕ ਸੂਟ ਦਿਖਾਣੀ ਆ ਇਹ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸ਼ਨਾਟਾ ਛਾ ਗਿਆ ਇਹਦੇ ਤੇ ਹਲਕਾ ਹਲਕਾ ਇਹ ਮਸਲੀਨ ਤੇ ਆ ਹਲਕਾ ਹਲਕਾ ਵਰਕ ਹੋਇਆ ਇਹਦੇ ਤੇ ਇਹਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਘੇਰੇ ਤੇ ਵੀ ਵਰਕ ਆ ਤੇ ਪਲੇਨ ਬਾਟਮ ਆ ਇਹਦੇ ਨਾਲ ਬਲੈਕ ਕਲਰ ਦੀ ਮਸਲੀਨ ਦੀ ਹੋਈ ਓਕੇ ਤੇ ਦੁਪੱਟਾ ਇਹਦੇ ਨਾਲ ਪਿਓਰ ਦਾ ਲੱਗਾ ਹੋਇਆ ਦੁਪੱਟੇ ਦੇ ਵਿੱਚ ਵੀ ਥੋੜਾ ਥੋੜਾ ਵਰਕ ਹੈ ਓਕੇ ਵਧੀਆ ਇਹ ਬਹੁਤ ਸੋਹਣਾ ਸੂਟ ਹੈ ਵਾਲਾ ਵੀ ਜੇ ਤੁਸੀਂ ਬੁੱਕ ਕਰਨਾ ਤਾਂ ਤੁਸੀਂ ਦੇਖਿਓ ਜਦੋਂ ਸੂਟ ਬਣ ਕੇ ਜਦੋਂ ਆਪਾਂ ਨੂੰ ਰੈਡੀ ਹੋਇਆ ਫੇਰ ਹੀ ਜ਼ਿਆਦਾ ਸੋਹਣਾ ਲੱਗਦਾ ਤਿਆਰ ਜਦੋਂ ਹੁੰਨੇ ਆ ਉਦੋਂ ਪਤਾ ਲੱਗਦਾ ਸੋ ਇਹ ਚੋਇਸ ਸਾਰੀ ਮਨਪ੍ਰੀਤ ਦੀ ਹੁੰਦੀ ਆ ਕਿ ਜਿੰਨੇ ਸੂਟ ਹੁੰਦੇ ਸਿਲੈਕਟਡ ਜੇ ਹੁੰਦੇ ਨੇ ਜ਼ਿਆਦਾ ਮਨਪ੍ਰੀਤ ਦਾ ਕੰਮ ਹੈਗਾ ਹੈਂਡਵਰਕ ਦਾ ਸੋ ਕਸਟਮਰ ਕਾਫੀ ਕਹਿੰਦੇ ਰਹਿੰਦੇ ਆ ਕਿ ਸਾਨੂੰ ਪਲੀਜ਼ ਦਿਖਾਓ ਅਸੀਂ ਹੈਂਡਵਰਕ ਦੇ ਸਾਰੇ ਹੈਂਡਵਰਕ ਦੇ ਨਹੀਂ ਸਮਾ ਸਕਦੇ ਸੋ ਅਸੀਂ ਮਿਕਸ ਸਾਰੇ ਬਣਾਉਣਾ ਚਾਹੁੰਦੇ ਹਾਂ ਇਸ ਕਰਕੇ ਸਾਨੂੰ ਰੱਖਣੇ ਪੈਂਦੇ ਆ ਲਓ ਫਿਰ ਜਲਦੀ ਜਲਦੀ ਚੱਕਰ ਥੋੜੇ ਜਿਹੇ ਹਾਈ ਕਰਦੇ ਰੀਤ ਫੈਸ਼ਨ ਬੁਟੀਕ ਵਜਾਓ ਤਾੜੀ ਬੱਚਾ ਲੋਕ ਗਰਮੀ ਚ ਪੈਣ ਵਾਲਾ ਸੂਟ ਆ ਇਹਦਾ ਨੈਕ ਬਣਿਆ ਹੋਇਆ ਏਦਾਂ ਇਹਦੀਆਂ ਬਾਜੂ ਨੇ ਆਰਮ ਤੇ ਆਏਗਾ ਵਰਕ ਬਹੁਤ ਸੋਹਣਾ ਅਤੀ ਸੁੰਦਰ ਇਹਦਾ ਬੈਕ ਤੇ ਵੀ ਡਿਜ਼ਾਈਨਿੰਗ ਹੈਗੀ ਆ ਪ੍ਰਿੰਟ ਆ ਬੈਕ ਤੇ ਨਹੀਂ ਆਲ ਓਵਰ ਸੂਟ ਆ ਨਹੀਂ ਮੈਚਿੰਗ ਸਲਵਾਰ ਆ ਅੱਛਾ ਮੈਚਿੰਗ ਟੈਬੀ ਦੀ ਵੀ ਲੱਗੀ ਹੋਈ ਆ ਨਾਲ ਇਹਦੇ ਬਾਟਮ ਆ ਕੱਪੜਾ ਮਾੜਾ ਹੋਇਆ ਨਾ ਮੈਂ ਚੈੱਕ ਕਰਦਾ ਮੈਂ ਚੈੱਕ ਕਰਦਾ ਨਾ ਲਿਓ ਭਾਈ ਐਵੇਂ ਠੱਗੀ ਮਾਰੂ ਤੁਹਾਡੇ ਨਾਲ ਨਹੀਂ ਬਹੁਤ ਸੋਹਣਾ ਮਜ਼ਾਕ ਕਰਦਾ ਠੀਕ ਆ ਦੁਪੱਟਾ ਆ ਗਿਆ ਨਾ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਸੇਮ ਟੈਬੀ ਦੇ ਵਿੱਚ ਹੀ ਟੈਬੀ ਕਾਟਨ ਆ ਉਹਦੇ ਵਿੱਚ ਦੁਪੱਟਾ ਵਾ
ਸਿੰਗਲ ਸਿੰਗਲ ਪੀਸ ਸੀ ਆਪਣੇ ਕੋਲ ਸਾਰੇ ਬਸ ਲੜਾਇਆ ਕਰ ਗਾਹਕ ਲੜ ਪੈਂਦੇ ਆ ਸੋ ਮੈਨੂੰ ਪੰਗਾ ਖੜਾ ਹੋ ਜਾਂਦਾ ਮੈਂ ਮੈਸੇਜ ਦੇਖਦਾ ਦੇਖਦਾ ਮਨਪ੍ਰੀਤ ਮੈਂ ਤੇ ਮੈਸੇਜ ਦੇਖਦੇ ਦੇਖਦੇ ਦੋਨੇ ਜਾਣੇ ਹੰਭ ਜਾਂਦੇ ਆ ਸੋ ਕੁਆਂਟਿਟੀ ਜ਼ਿਆਦਾ ਮਿਲਦੀ ਨਹੀਂ ਕਰੀਏ ਗੀ ਸੋ ਸਿਲੈਕਟਡ ਪੀਸ ਹੀ ਹੁੰਦੇ ਨੇ ਆ ਵੀ ਬਹੁਤ ਸੋਹਣਾ ਸੂਟਾ ਇਹ ਵੀ ਬਹੁਤ ਸੌਫਟ ਆ ਇਹਦਾ ਕੱਪੜਾ ਵੀ ਇਹ ਗ੍ਰੀਨ ਕਲਰ ਦੇ ਵਿੱਚ ਆ ਪ੍ਰਿੰਟਡ ਹੈ ਖਾਈ ਤਾਂ ਮਨਪ੍ਰੀਤ ਦੇ ਨਾ ਮਨਪ੍ਰੀਤ ਦੇ ਵਰਕ ਹੈ ਥੋੜਾ ਜਿਹਾ ਮੈਂ ਹੁਣ ਸਾਰੇ ਸੂਟ ਸਟਿਚ ਨਹੀਂ ਕਰਵਾ ਸਕਦੀ ਨਹੀਂ ਤਾਂ ਮੈਨੂੰ ਸਾਰੇ ਸੂਟ ਇਹਦਾ ਵਸ ਚੱਲੇ ਨਾ ਸਾਰੇ ਕਿਉਂਕਿ ਜਦੋਂ ਵੀ ਮਨਪ੍ਰੀਤ ਸੂਟ ਖਰੀਦਦੀ ਹੈ ਨਾ ਤੇ ਉਦੋਂ ਇਹ ਉਸ ਹਿਸਾਬ ਨਾਲ ਖਰੀਦਦੀ ਹੈ ਕਿ ਮੈਨੂੰ ਪਸੰਦ ਆ ਜਿਹੜੇ ਵੀ ਜਿਹੜੇ ਮੈਨੂੰ ਚਾਹੀਦੇ ਆ ਜਿਹੜੇ ਮੈਂ ਸਮਾ ਸਕਾਂ ਸੋ ਤਾਂ ਕਸਟਮਰ ਨੂੰ ਪਸੰਦ ਆਉਂਦੇ ਨੇ ਦੇਖੋ ਸ਼ੀਸ਼ਿਆਂ ਦਾ ਵਰਕ ਹੋਇਆ ਸਾਰਾ ਉੱਪਰ ਇਹਦੇ ਹਨਾ ਹਾਂਜੀ ਪਲੇਨ ਬਾਟਮ ਹੈ ਇਹਦੇ ਨਾਲ ਤੇ ਪਿਓਰ ਦਾ ਦੁਪੱਟਾ ਇਹਦੇ ਨਾਲ ਦੁਪੱਟੇ ਦੀ ਬਾਰਡਰ ਉੱਤੇ ਵਰਕ ਆ ਹਨਾ ਥੋੜਾ ਦੂਜਾ ਅਸੀਂ ਕਹਾਂ ਉਹਦੇ ਨਾਲ ਕੱਪੜੇ ਨਾਲ ਕੱਪੜਾ ਲੱਗਾ ਹੋਇਆ ਉਹਦੇ ਨਾਲ ਦਾ ਕਮੀਜ਼ ਨਾਲ ਦਾ ਸੋ ਇਹ ਕਾਟਨ ਆ ਇਹ ਕਾਟਨ ਸਭ ਇੱਕ ਤੋਂ ਇੱਕ ਹੀ ਹੋਣਗੇ ਸਾਰੇ ਜੁੜੇ ਰਹੋ ਠੀਕ ਆ ਤੇ ਬੰਦਾ ਸਾਡੇ ਚੱਕਰ ਘੱਟ ਆ ਕਿਉਂਕਿ ਇਹਨੇ ਵਿਚਾਰੀ ਨੇ ਕਾਫੀ ਮਿਹਨਤਾਂ ਕਰਨ ਤੋਂ ਬਾਅਦ ਮੈਨੂੰ ਬਣਾਇਆ ਕਿਉਂਕਿ ਇਹਦੇ ਬਹੁਤ ਸੂਟ ਆ ਜਿਹੜੇ ਮੈਂ ਵਲੌਗ ਇਹਨੂੰ ਬਣਾ ਕੇ ਨਹੀਂ ਦਿੰਦਾ ਹੈਗਾ ਤੇ ਉਹ ਰਹਿ ਜਾਂਦੇ ਨੇ ਠੀਕ ਆ ਸੋ ਅੱਜ ਮਿੱਠੀਆਂ ਗੋਲੀਆਂ ਦੇ ਕੇ ਵੜਿਆ ਲਿਆ ਮੈਨੂੰ ਲਓ ਜੀ ਹਾਂ ਦੁਬਾਰਾ ਚੱਲੋ ਜੀ ਇਹਦੇ ਮੈਂ ਵਿੱਚ ਬੋਲ ਰਿਹਾ ਸੀ ਆ ਵੀ ਬਹੁਤ ਸੋਹਣਾ ਸੂਟ ਆ ਟਿਕ ਪੀਸ ਆ ਕਾਟਨ ਦਾ ਵੇ ਦੇਖੀ ਚੱਲੋ ਜੀ ਚੀਜ਼ਾਂ ਸੋ ਸਭ ਤੋਂ ਵੱਖਰੀਆਂ ਹੋਣਗੀਆਂ ਇਹਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਸਾਰਾ ਲੈਸਿਸ ਲਾ ਕੇ ਵਧੀਆ ਬਣਾਇਆ ਹੋਇਆ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੇ ਇਹਦੀਆਂ ਬਾਜੂ ਤੇ ਵੀ ਸੇਮ ਆਪਾਂ ਜਿਹੜੀਆਂ ਫਰੈਲ ਵਾਲੀਆਂ ਬਾਜੂ ਰੱਖਾ ਸਕਦੇ ਆ ਇਹਦੀਆਂ ਸੇਮ ਆਏਗਾ ਉੱਦਾਂ ਹੀ ਜਾਨ ਕੇ ਖੁੱਲੀਆਂ ਜਿਵੇਂ ਟ੍ਰੈਂਡ ਚੱਲਦਾ ਖੁੱਲੀਆਂ ਬਾਜੂ ਦਾ ਉਵੇਂ ਬਣਾ ਸਕਦੇ ਆ ਤੇ ਭੀੜੀਆਂ ਵੀ ਬਣਾ ਸਕਦੇ ਆ ਪਲੇਨ ਆਏਗੀ ਇਸ ਕਲਰ ਦੀ ਪਲੇਨ ਬਾਟਮ ਤੇ ਇਹਦਾ ਦੁਪੱਟਾ ਕਿੰਨਾ ਸੋਹਣਾ ਹੈ ਸਾਰੇ ਕੀ ਵਰਕ ਆ ਗਿਆ ਸਨ ਵਰਕ ਆ ਮਿਰਰ ਲੱਗੇ ਹੋਏ ਆ ਦੁਪੱਟਾ ਬਹੁਤ ਸੋਹਣਾ ਹੈ ਇਹਦਾ ਦਿਖਾ ਦਈਏ ਜੀ ਇੱਕ ਅੱਧਾ ਸ਼ੀਸ਼ਾ ਤਾਂ ਆ ਜਾ ਕੈਮਰੇ ਦੇ ਵਿੱਚ ਆ ਗਿਆ ਜੀ ਆ ਗਿਆ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਇਹ ਵੀ ਬੁਟੀਕ ਪੀਸ ਆ ਸਾਰਾ ਇਹ ਵੀ ਸਿੰਗਲ ਸਿੰਗਲ ਹੀ ਨੇ ਆਪਣੇ ਮੈਨੂੰ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੋ ਮੈਂ ਕਹਿੰਦੀ ਆ ਮੈਂ ਇਹ ਵੀ ਬਣਾ ਲਾ ਮੈਂ ਕਹਿੰਦਾ ਵੀ ਐ ਕਰਦੇ ਵੀ ਤੂੰ ਆਪਾਂ ਵੀਡੀਓ ਬੰਦ ਕਰ ਦਿੰਨੇ ਆ ਸੂਟ ਤੇਰੇ ਨਾਪ ਦੀ ਦੇ ਦਿੰਨੇ ਬੰਨੇ ਠੀਕ ਆ ਵੀ ਸੂਟ ਆਪਣਾ ਬਹੁਤ ਸੋਹਣਾ ਹੈ ਇਹ ਤੇ ਬਲੌਕ ਪ੍ਰਿੰਟਿੰਗ ਆ ਲਵੈਂਡਰ ਸ਼ੇਡ ਦੇ ਵਿੱਚ ਹੈ ਵੀ ਜਿੱਦਾਂ ਦਾ ਮੌਸਮ ਚੱਲਦਾ ਮੌਸਮ ਦੇ ਹਿਸਾਬ ਦੇ ਨਾਲ ਕੱਪੜੇ ਸਾਰੇ ਵੀ ਮਤਲਬ ਇਦਾਂ ਨਹੀਂ ਹੈਗਾ ਗਾ ਕਿ ਵੀ ਗਰਮੀ ਆਊਗੀ ਪਾ ਕੇ ਦੇਖੋ ਕਿੰਨਾ ਸੋਹਣਾ ਲੱਗਦਾ ਬਹੁਤ ਸੌਫਟ ਹੈ ਇਹਦਾ ਇਹ ਕਲਰ ਦਾ ਬਹੁਤ ਟ੍ਰੈਂਡ ਆ ਪਰਪਲ ਪਰਪਲ ਹੀ ਹੈ ਨਾ ਹਾਂਜੀ ਵਿੱਚ ਥੋੜੀ ਥੋੜੀ ਬਲੌਕ ਪ੍ਰਿੰਟਿੰਗ ਆ ਜਿਹੜਾ ਘੇਰੇ ਤੇ ਵਰ ਘੇਰੇ ਤੇ ਆ ਗਿਆ ਪ੍ਰਿੰਟ ਹੈ ਨਾ ਹਾਂਜੀ ਘੇਰਾ ਆ ਗਿਆ ਤੇ ਇਹਦੇ ਨਾਲ ਪਲੇਨ ਬਾਟਮ ਹੈ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਦੁਪੱਟਾ ਆਏਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਕਿ ਇਦਾਂ ਦੇ ਨਹੀਂ ਦੁਪੱਟੇ ਨਿੱਕੇ ਲੱਗੇ ਹੋਏ ਨਾਲ ਇਹਨਾਂ ਦੇ ਨਹੀਂ ਪੂਰੇ ਵਧੀਆ ਖੁੱਲੇ ਦੁਪੱਟੇ ਨੇ ਇਹਨਾਂ ਨੂੰ ਇੱਕ ਆਪਣਾ ਰਹਿ ਗਿਆ ਇਹ ਵੀ ਲੋ ਆ ਹਾਂ ਇਹ ਜਿਹੜੇ ਪਹਿਲਾਂ ਦਿਖਾਏ ਸੀਗੇ ਇਹ ਸਾਰੇ ਉਹਨਾਂ ਦੇ ਨੇ ਉਹਨਾਂ ਦੇ ਨਾਲ ਦਾ ਹੀ ਆ ਜੀ ਇਹ ਵੀ ਬਹੁਤ ਸੋਹਣਾ ਲੱਗਾ ਸੀ ਇਹ ਮੈਂ ਲਿਆ ਸੀਗਾ ਇਹ ਜਸ ਦੀ ਚੋਇਸ ਹੈ ਇਹ ਮੈਂ ਲਿਆ ਸੀਗਾ ਇਹਦੇ ਨਾਲ ਇਦਾਂ ਦੀ ਬਾਟਮ ਹੈ ਬਹੁਤ ਸੋਹਣੀ ਲੱਗਦੀ ਹੈ ਨਾ ਜਿੱਦਾਂ ਜਿੱਦਾਂ ਤਰੇਲ ਨਹੀਂ ਪਈ ਹੁੰਦੀ ਗੀ ਉਹ ਆਪਣੇ ਜੇ ਆਪਾਂ ਲਾਉਣੇ ਆ ਸਰਦੀਆਂ ਦੇ ਜਬੂਟੇ ਉਹਨਾਂ ਦੇ ਤਰੇਲ ਪਈ ਹੁੰਦੀ ਹੈ ਸਿਆਲਾਂ ਦੇ ਵਿੱਚ ਇਹਦੇ ਉੱਤੇ ਇੱਦਾਂ ਫੀਲ ਹੁੰਦਾ ਜਿੱਦਾਂ ਤਰੇਲ ਪਈ ਹੁੰਦੀ ਹੈ ਮੁਲਾਇਮ ਮੁਲਾਇਮ ਇੱਦਾਂ ਦਾ ਕੱਪੜਾ ਹੈਗਾ ਇਹ ਬਹੁਤ ਜ਼ਿਆਦਾ ਸੌਫਟ ਹੈ ਕੱਪੜਾ ਇਹਦਾ ਸਟੱਫ ਬਹੁਤ ਸੋਹਣਾ ਹੈ ਮੈਚਿੰਗ ਬੜੀ ਸੋਹਣੀ ਹੈ ਨਾ ਸੋ ਇਹ ਰਹਿ ਗਿਆ ਸੀਗਾ ਸੋ ਜਿਹੜੇ ਇਹ ਵਾਲੇ ਸੀ ਮਿਸ ਵਿਦਾਊਟ ਦੁਪੱਟੇ ਸੀਗੇ ਹਨਾ ਪਹਿਲਾਂ ਬਾਕੀ ਨਾਲ ਸਾਰਿਆਂ ਨਾਲ ਇਹਨਾਂ ਦੁਪੱਟੇ ਨਹੀਂ ਹੈਗੇ ਸੀਗੇ ਜਿਨ੍ਹਾਂ ਨਾਲ ਅਸੀਂ ਦੁਪੱਟੇ ਦਿਖਾ ਰਹੇ ਹਾਂ ਉਹਨਾਂ ਨਾਲ ਦੁਪੱਟੇ ਲੱਗੇ ਹੋਏ ਆ ਜਿਨ੍ਹਾਂ ਨਾਲ ਨਹੀਂ ਹੈਗੇ ਉਹ ਫਿਰ ਇਦਾਂ ਹੀ ਹੈ ਸੋ ਸਕਰੀਨਸ਼ਾਟ ਲੈ ਲਓ ਜੀ ਜਲਦੀ ਜਲਦੀ ਬਾਅਦ ਚ ਰੈਡੀਮੇਡ ਸੂਟ ਆ ਇਹ ਵੀ ਬਹੁਤ ਸੋਹਣਾ ਵਾ ਇਹ ਸ਼ਰਾਰੇ ਦੇ ਨਾਲ ਆ ਬਹੁਤ ਸੋਹਣਾ ਵਰਕ ਹੋਇਆ ਹੈ ਪੂਰੇ ਸਫਾਈ ਦੇ ਵਿੱਚ ਇਹ ਚਨੌਨ ਤੇ ਬਣਿਆ ਹੋਇਆ ਇਹ ਮਸ਼ੀਨ ਵਰਕ ਆ ਜਾਂ ਹੈਂਡ ਵਰਕ ਆ ਮਸ਼ੀਨ ਵਰਕ ਆ ਤੇ ਇਹਦੇ ਨਾਲ ਆ ਸ਼ਰਾਰਾ ਬਣਿਆ ਹੋਇਆ ਸੇਮ ਸਟੱਫ ਦੇ ਵਿੱਚ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਦੁਪੱਟਾ ਦੇਖ ਸਕਦੇ ਇਹ ਗਰਲਿਸ਼ ਸੂਟ ਆ ਪਿਆਰਾ ਜਿਹਾ ਕਲਰ ਆ ਇੰਗਲਿਸ਼ ਕਲਰ
ਇੰਗਲਿਸ਼ ਕਲਰ ਅੰਗਰੇਜ਼ੀ ਲਿਖੀ ABC ਉੱਤੇ ਦੇ ਸਮਝਿਆ ਕਰੋ ਲਿਖੀ ਹੈ ਨਾ ਲਿਖਤੀ ਮੈਂ ਹੀ ਲਿਖ ਕੇ ਲਿਆਂਦੀ ਹੈ ਸਪੈਸ਼ਲ ਲਿਖਤੀ ਲਿਖਤੀ ਤੁਸੀਂ ਜ਼ਿਆਦਾ ਨਾ ਬੋਲਿਆ ਕਰੋ ਮੈਂ ਤੁਹਾਨੂੰ ਪਤਾ ਫਿਰ ਵਲੌਗ ਛੱਡ ਕੇ ਭੱਜ ਜਾਣੀ ਵਿੱਚ ਸੋ ਜਿਹੜੇ ਰੰਗ ਦਾ ਪਤਾ ਨਾ ਲੱਗੇ ਉਹਨੂੰ ਕਹਿ ਦੋ ਇੰਗਲਿਸ਼ ਕਲਰ ਆ ਜੀ ਨਹੀਂ ਵਾਕਈ ਇੰਗਲਿਸ਼ ਕਲਰ ਹੈਗਾ ਯਾਰ ਇਹਨੂੰ ਇੰਗਲਿਸ਼ ਕਲਰ ਹੀ ਕਹਿੰਦੇ ਆ ਸੋ ਜਿਹਦਾ ਕੋਈ ਸਮਝ ਨਾ ਆਵੇ ਉਹ ਕਹਿਣਾ ਅੰਗਰੇਜ਼ੀ ਆ ਜਿਹਦਾ ਆਪਾਂ ਕਹਿੰਦੇ ਆਪਣੇ ਸਮਝ ਨਹੀਂ ਆਉਂਦੀ ਅੰਗਰੇਜ਼ੀ ਆ ਜਦੋਂ ਬਾਹਲੇ ਰੰਗ ਬਰੰਗੇ ਜੇ ਹੋ ਜਾਂਦੇ ਨਾ ਵਿੱਚ ਮਿਕਸ ਹੋ ਜਾਂਦੇ ਉਦੋਂ ਪਤਾ ਨਹੀਂ ਲੱਗਦਾ ਆਹ ਵੇਖੋ ਬੱਲੇ 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 ਫੁੱਲ ਚੜੀ ਆ ਗਈ ਜੀ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਪਿਓਰ ਔਰਗੈਂਜ਼ਾ ਤੇ ਬਣਿਆ ਹੋਇਆ ਔਰਗੈਂਜ਼ਾ ਤਾਂ ਫਿਰ ਔਰਗੈਂਜ਼ਾ ਦਾ ਫਿਰ ਪੂਰੇ ਟ੍ਰੈਂਡ ਦੇ ਵਿੱਚ ਇਸ ਟਾਈਮ ਹੁਣ ਔਰਗੈਂਜ਼ਾ ਹੋਈ ਪਿਓਰ ਸਿਲਕ ਹੋਈ ਹੈ ਨਾ ਮੈਂ ਸੁਣਿਆ ਮਨਪ੍ਰੀਤ ਦੇ ਰਹਿ ਕੇ ਇੰਨਾ ਤਾਂ ਪਤਾ ਲੱਗਣ ਲੱਗ ਗਿਆ ਇਹਦੀ ਬਾਟਮ ਪਲੇਨ ਆਏਗੀ ਨਾਲ ਤੇ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਲਓ ਜੀ ਇਹਦਾ ਇੱਕ ਪੀਸ ਹੀ ਹੈ ਜਿਹੜਾ ਲੈ ਗਿਆ ਸੋ ਰਹਿ ਗਿਆ ਇਹਦੀ ਸਾਨੂੰ ਇਹ ਮਨਪ੍ਰੀਤ ਇਹ ਤਾਂ ਆਪਣਾ ਤਾਂ ਮੈਸੇਜ ਆਇਆ ਹੀ ਲੈ ਇਹ ਤਾਂ ਗਿਆ ਸੂਟ ਪਹਿਲਾਂ ਹੀ ਰਹਿੰਦਾ ਤਾਂ ਕੋਈ ਵੀ ਨਹੀਂ ਗਿਆ ਸਾਰਾ ਬਟ ਥੋੜਾ ਜਿਹਾ ਸਾਨੂੰ ਐਂ ਪ੍ਰੋਬਲਮ ਹੋ ਜਾਂਦੀ ਸੂਟ ਮੁੱਕ ਜਾਂਦੇ ਮੈਸੇਜ ਨਹੀਂ ਸਾਡੇ ਮੁੱਕਦੇ ਬਹੁਤ ਜ਼ਿਆਦਾ ਸੋਹਣਾ ਵੇਅਰ ਕੀਤਾ ਬਹੁਤ ਸੋਹਣਾ ਲੱਗਾ ਪਾਰਟੀ ਵੇਅਰ ਸੂਟ ਹੈ ਇਹ ਆ ਗਿਆ ਸੀ ਗਲੇ ਤੇ ਵਰਕ ਨਾ ਮੈਂ ਗੱਲਾਂ ਲੱਗ ਜਾਂਦਾ ਕਰਨ ਨੂੰ ਵਿੱਚ ਰਹਿ ਜਾਂਦਾ ਨੈਕਸਟ ਜੀ ਉਹਨਾਂ ਚ ਫਲਾਵਰ ਦਿਖਾਉਣੇ ਤੁਹਾਨੂੰ ਦੇਖੋ ਕਿੰਨੇ ਸੋਹਣੇ ਫਲਾਵਰ ਲੱਗਦੇ ਨੇ ਲੈਮਨ ਸ਼ੇਡ ਦੇ ਵਿੱਚ ਲੋ ਇਹ ਵੀ ਉਹਦਾ ਭਰਾ ਹੀ ਆ ਉਹ ਥੋੜਾ ਡਾਰਕ ਆ ਗਿਆ ਇਹ ਥੋੜਾ ਲਾਈਟ ਆ ਗਿਆ ਨਾ ਪੈਰਟ ਲੈਮਨ ਆ ਵੀ ਬਹੁਤ ਪਿਆਰਾ ਸ਼ੇਡ ਹੈ ਬਹੁਤ ਪਿਆਰਾ ਕਲਰ ਲਾਈਟ ਕਲਰ ਆ ਇਹ ਕੋਈ ਵੀ ਬਰ ਇਹ ਤਾਂ ਕੈਮਰੇ ਵਿੱਚ ਡਾਰਕ ਆ ਰਿਹਾ ਜੀ ਡਾਰਕ ਆ ਰਿਹਾ ਥੋੜਾ ਜਿਹਾ ਡਾਰਕ ਆ ਰਿਹਾ ਇਹ ਤੂੰ ਬਟ ਨਹੀਂ ਲਾਈਟ ਕਲਰ ਆ ਜਿਆਦਾ ਡਾਰਕ ਨਹੀਂ ਹੈਗਾ ਨਾ ਹੀ ਲੈਮਨ ਕਲਰ ਆ ਨਾ ਹੀ ਇਹ ਪੈਰਟ ਚ ਆਉਂਦਾ ਦੁਪੱਟੇ ਉੱਪਰ ਵੀ ਵਰਕ ਆ ਜੀ ਇਦਾਂ ਦਾ ਪਲੇਨ ਬਾਟਮ ਹੈ ਇਹਦੇ ਨਾਲ ਵਧੀਆ ਕਾਟਨ ਸਟਫ ਬਹੁਤ ਵਧੀਆ ਵਾ ਸੂਟ ਦਾ ਤੈਨੂੰ ਛੱਡ ਕੇ ਜਾਂਦੀ ਨੀ ਮੈਨੂੰ ਤੈਨੂੰ ਪਤਾ ਇਹ ਗੱਲ ਕਿੰਨੇ ਵਾਰ ਕਹਿੰਦੀ ਮੈਂ ਛੱਡ ਕੇ ਉੱਡ ਜੂ ਜਾਂਦੀ ਤੇ ਅੱਡੇ ਤੱਕ ਵੀ ਨੀ ਮੈਂ ਚੜਾ ਕੇ ਆਵਾਂ ਤੈਨੂੰ ਚੱਲ ਜਾਏਗੀ ਜੋ ਕਿਰਾਇਆ ਨਾ ਦਿੱਤਾ ਬੱਸ ਆ ਨਹੀਂ ਬਣਾ ਤੈਨੂੰ ਨੈਕ ਤੇ ਵਰਕ ਆ ਆਲ ਓਵਰ ਸੂਟ ਹੈ ਵਾਈਟ ਕਲਰ ਦਾ ਇਹ ਤਾਂ ਸਾਰੇ ਦੀ ਵਰਕ ਲੱਗਦਾ ਦੇਖੋ ਮਣਕੇ ਜੀ ਕੇ ਸਾਰੇ ਲੱਗਦੇ ਨੇ ਗੋਲ ਗੋਲ ਨੇ ਆ ਘੇਰਾ ਆ ਗਿਆ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਲਓ ਜੀ ਇਹ ਸਾਰੇ ਸਾਰਿਆਂ ਦੇ ਟਾਈਪ ਦਾ ਹੀ ਆ ਸੂਟ ਹੈਨਾ ਕਿਉਂਕਿ ਅੱਜ ਮੈਂ ਨਾ ਲੱਗਾ ਹੋਇਆ ਨਾ ਉਹ ਵਲੌਗ ਡਬਲ ਬਣ ਰਿਹਾ ਅੱਜ ਤਾਂ ਕਰਕੇ ਟਾਈਮ ਜ਼ਿਆਦਾ ਲੱਗ ਰਿਹਾ ਸੋ ਜੋ ਵੀ ਤੁਹਾਨੂੰ ਸੂਟ ਪਸੰਦ ਆਂਦਾ ਤੁਸੀਂ ਨਾਲ ਦੀ ਨਾਲ ਆਰਡਰ ਕਰਕੇ ਬੁੱਕ ਕਰਵਾ ਸਕਦੇ ਹੋ ਨਾਲ ਦੀ ਨਾਲ ਆਰਡਰ ਕਰਕੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਸਕਦੇ ਹੋ ਸੋ ਪਹਿਲਾਂ ਤਾਂ ਮਨਪ੍ਰੀਤ ਨੇ ਚੂਹੀ ਕੁੱਟੀ ਸਵੇਰ ਦੀ ਲੱਗੀ ਇਹਦੇ ਨਾ ਸਟੂਡੀਓ ਦੇ ਵਿੱਚ ਚੂਹੀ ਆ ਗਈ ਅੱਜ ਤੇ ਚੂਹੀ ਤਾਂ ਨੀ ਮਾਣੂ ਜਿਵੇਂ ਭਜਾਈ ਪਿਆ ਤੀਰੇ ਪਰ ਚੂਹੀ ਨੀ ਇਹਦੋਂ ਵੱਜੀ ਕਹਿੰਦੀ ਮੇਰੇ ਤਾਂ ਨਵੇਂ ਨਵੇਂ ਇੰਨੇ ਮਹਿੰਗੇ ਸੂਟ ਆ ਮੇਰੇ ਤਾਂ ਸੂਟ ਟੁੱਕ ਜੂ ਸੂਟ ਹੈ ਮੈਚਿੰਗ ਇਹ ਵੀ ਬਹੁਤ ਸੋਹਣਾ ਹੈ ਇਹ ਕਾਟਨ ਦਾ ਹੈ ਇਹਦੇ ਨਾਲ ਦੁਪੱਟੇ ਨੀ ਹੈਗੇ ਇਹਨਾਂ ਨਾਲ ਨਹੀਂ ਇਹ ਵਿਦਾਊਟ ਦੁਪੱਟਾ ਹੈ ਸੋ ਜਿਨ੍ਹਾਂ ਨਾਲ ਦੁਪੱਟੇ ਦਿਖਾਏ ਜਾਂਦੇ ਉਹਨਾਂ ਨਾਲ ਇਹ ਦੁਪੱਟੇ ਆਉਣਗੇ ਠੀਕ ਆ
ਬਾਕੀ ਕਿਤਾਬ ਦੇ ਦੁਪੱਟੇ ਹੈਗੇ ਤੁਹਾਡੇ ਲਈ ਆ ਓਪਨ ਕਰ ਰਹੀ ਹਾਂ ਇਹ ਆਲ ਓਵਰ ਸੂਟ ਆ ਸਾਰਾ ਪ੍ਰਿੰਟਡ ਤੇ ਇਹਦੇ ਨਾਲ ਪ੍ਰਿੰਟਡ ਹੀ ਦੁਪੱਟਾ ਆਏਗਾ ਤੇ ਵੀ ਬਹੁਤ ਸੋਹਣਾ ਸੂਟ ਆ ਬਿਲਕੁਲ ਸਰਦਾਰੀ ਜਿਹਾ ਸੂਟ ਆ ਨਾ दुपट्टा बहुत सोहना बनिया ना अद्धे चावे डिजाइन भी दिती हुई कलर का फर्क है जी कलर का थोड़ा जहा फर्क सो मनपी कडू नहीं क्योंकि तह ला बहुत औखिया तह लाने वाला काम सब तो औखा ला भी आह बहुत सोहना मैनु वधिया लगा जी सूट बई जी आह सूट ध्यान ना देख लो ये सूट मेरा फेवरेट सूट आई नेक नुक भी बहुत सोहना बनिया हुआ है ये भी मसलीन ते आ बहुत सॉफ्ट जी मसलीन आ ये फ्रोजी कलर की बॉटम है खोल के दिखा दो जी जरा दुपट्टा भी बहुत सोहना बनिया हुआ रीत फैशन बुटीक रीत फैशन बुटीक लो जी रीत फैशन बुटीक का टैग लगा आया उपर ਦੇਖੋ ਕਿੰਨੇ ਸੋਹਣੇ ਕਲਰ ਲੱਗਦੇ ਨੇ ਕਿੰਨੇ ਸੋਹਣੇ ਫਲਾਵਰ ਲੱਗਦੇ ਨੇ ਵਿੱਚ ਇਹਦੇ ਠੀਕ ਹੈ ਇਹ ਕਾਹਦੇ 'ਚ ਸੀਗਾ ਮਸਲੀਨ ਦੇ ਵਿੱਚ ਠੀਕ ਆ ਲਓ ਜੀ ਆਹ ਇਹਦਾ ਘੇਰਾ ਹੋ ਗਿਆ ਜੀ ਇੱਕ ਉਹਦੇ ਨਾਲ ਦਾ ਸੇਮ ਫਲਾਵਰ ਜਿਹੜਾ ਆਪਾਂ ਓਪਨ ਕੀਤਾ ਸੀਗਾ ਸੇਮ ਉਦਾਂ ਹੀ ਆ ਸਾਰੇ ਇਹ ਤਿੰਨ ਕਲਰ ਹੋ ਗਏ ਜੀ ਇੱਕ ਆਹ ਹੋ ਗਿਆ ਠੀਕ ਆ ਇੱਕ ਹੋਰ ਜੀ ਉਹ ਨਹੀਂ ਦੱਬਣਾ ਸਾਨੂੰ ਕਸਟਮਰ ਵੀ ਕਹਿੰਦੇ ਆ ਕਿ ਸਾਨੂੰ ਫੋਟੋ ਪਾ ਦਿਓ ਸੂਟਾਂ ਦੀਆਂ ਕਿ ਸਾਡੇ ਕੋਲ ਰਲ ਜਾਂਦੇ ਨੇ ਵਾਰ ਵਾਰ ਮੁੜ ਕੇ ਉਹਨੂੰ ਕੱਢਣਾ ਕਿਹੜਾ ਸੀਗਾ ਫਿਰ ਇੱਦਾਂ ਸਕਰੀਨਸ਼ਾਟ ਤੋਂ ਛੇਤੀ ਪਤਾ ਵੀ ਨਹੀਂ ਲੱਗਦਾ ਹੈਗਾ ਸੋ ਨਾਲ ਦੀਆਂ ਨਿਕਲ ਵੀ ਜਾਂਦੇ ਨੇ ਨਾਲ ਦੀ ਨਾਲ ਸੇਲ ਵੀ ਹੋ ਜਾਂਦੇ ਨੇ ਫਿਰ ਇਹਦਾ ਪਤਾ ਨਹੀਂ ਲੱਗਦਾ ਦੀ ਕਾਟਨ ਉਹਦੇ ਤੇ ਵਰਕ ਕੀਤਾ ਹੋਇਆ ਘੇਰੇ ਤੇ ਦੇਖੋ ਘੇਰੇ ਤੇ ਵਰਕ ਬਹੁਤ ਸਫਾਈ ਦੇ ਵਿੱਚ ਹੋਇਆ ਵਾ ਘੇਰੇ ਤੇ ਵਰਕ ਤੇ ਇਹ ਆਲ ਓਵਰ ਸੂਟ ਆ ਸਾਰਾ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਸਾਰੇ ਦੀ ਵਰਕ ਆ ਗਿਆ ਇਹ ਦੁਪੱਟਾ ਨਾ ਹਾਂਜੀ ਕੱਟ ਵਰਕ ਆ ਹਨਾ ਓਕੇ ਬਹੁਤ ਸੋਹਣਾ অতি ਸੁੰਦਰ ਬਹੁਤ ਦੂਰ ਤੱਕ ਜਾਏ ਗੁੱਡੀ ਤੇ ਮੇਰਾ ਬਾਤ ਚੱਲ ਲੈਣਾ ਤੈਨੂੰ ਬੁਟੀਕ ਖੋਲਦਾ ਉਹ ਦੂਜੇ ਦੇ ਲਈ ਆ ਕੇ ਮੰਗਲ ਗ੍ਰਹਿ ਤੇ ਹੋਰ ਨਾ ਉੱਥੇ ਕੋਈ ਤੇਰਾ ਗਾਹਕ ਆ ਗਏ ਨਾ ਤੇਰਾ ਕੋਈ ਖੜਾ ਛੁੱਟ ਨਾ ਤੇਰਾ ਖੜਾ ਛੁੱਟੇ ਨਾ ਕੋਈ ਗਾਹਕ ਉੱਥੇ ਜਾਵੇ ਬਹੁਤ ਸੋਹਣਾ ਸੂਟ ਆ ਗਲੇ ਤੇ ਵਰਕ ਆ ਇੱਕੋ ਵਰਕ ਜਿਹਾ ਸ਼ਾਈਨ ਕਰ ਰਿਹਾ ਹੈ ਨਾ ਤੇਰੀ ਬਾਟਮ ਵੀ ਬਹੁਤ ਸੋਹਣੀ ਆ ਪਲੇਨ ਬਾਟਮ ਹੈ ਇਹਦੇ ਨਾਲ ਸਾਰਾ ਫਰੰਟ ਆ ਇਹਦੇ ਵਿੱਚ ਵਿੱਚ ਸ਼ੇਡਿੰਗ ਆ ਥੋੜੀ ਥੋੜੀ ਤੇ ਇਹਦਾ ਦੁਪੱਟਾ ਮਸਲੀਨ ਦਾ ਨਾਲ ਲੱਗਾ ਹੋਇਆ ਦੁਪੱਟੇ ਤੇ ਸਾਰੇ ਦੀ ਵਰਕ ਆ ਸੋ ਬੋਰ ਨਾ ਹੋ ਜਾਓ ਵਲੌਗ ਲੰਬਾ ਹੋ ਗਿਆ ਸੂਟ ਜ਼ਿਆਦਾ ਸੀਗੇ ਮੈਨੂੰ ਐਂ ਮਨਪ੍ਰੀਤ ਦੋ ਵਲੌਗ ਨਾ ਬਣਾਉਣੇ ਪੈਣ ਮੈਂ ਇੱਕ ਜੀ ਨਵੇੜਦਾ ਇਸੇ ਕਰਕੇ ਵਲੌਗ ਲੰਬਾ ਹੋ ਗਿਆ ਸਕਰੀਨਸ਼ੋਟ ਸਾਰੇ ਜਾਂ ਲੈ ਲਓ ਓਕੇ ਅਤੇ ਫਿਰ ਸਾਰੇ ਨਿਕਲ ਜਾਂਦੇ ਨੇ ਸੂਟ ਫਿਰ ਉਦੋਂ ਬਾਅਦ ਸਾਨੂੰ ਸੌਰੀ ਲਿਖਣਾ ਪੈਂਦਾ ਮੈਸੇਜ ਦੇ ਵਿੱਚ ਨੈਕਸਟ ਜੀ ਸੋ ਸੂਟ ਦਿਖਾਉਣ ਤੇ ਮਹਿਰੂਨ ਕਲਰ ਦਾ ਇਹ ਵੀ ਬਹੁਤ ਸੋਹਣਾ ਸੂਟ ਆ ਇਹਦੇ ਨਾਲ ਪਲੇਨ ਮਹਿਰੂਨ ਕਲਰ ਦੀ ਬਾਟਮ ਆਏਗੀ ਇਹਦਾ ਦੁਪੱਟਾ ਵੀ ਸੋਹਣਾ ਬਹੁਤ ਆ ਸੇਮ ਦੁਪੱਟਾ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਲਓ ਜੀ ਅੱਜ ਬੱਤਕਾਂ ਤੇ ਤੋਤੇ ਵੇਚਣੇ ਆ ਤੁਹਾਨੂੰ ਤਿਆਰੀ ਕਰ ਲਓ ਅੱਜ ਜਾਨਵਰ ਕੋਈ ਛੱਡਣਾ ਨਹੀਂ ਅਸੀਂ ਵੇਚਣ ਨੂੰ ਤੇ ਤੋਤੇ ਬਣੇ ਹੋਏ ਆ ਜੀ ਛੋਟੇ ਛੋਟੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਐਦਾਂ ਦੇ ਸੇਮ ਡਿਜ਼ਾਈਨ ਨਾ ਥੋੜਾ ਜਿਹਾ ਫਰਕ ਆ ਓਕੇ ਮੈਂ ਆਹ ਓਪਨ ਕਰ ਦਿੰਨੇ ਆ ਤੁਹਾਨੂੰ ਇਹਦੇ ਗਲੇ ਤੇ ਵਰਕ ਹੋਇਆ ਚੀਜ਼ ਉਹੀ ਆ ਨਾ ਸੋ ਸਾਰਿਆਂ ਦੇ ਤੋਤੇ ਆਉਣਗੇ ਕਿ ਅਲੱਗ ਅਲੱਗ ਆਊਗਾ ਡਿਜ਼ਾਈਨ ਸਭ ਦਾ ਅਲੱਗ ਅਲੱਗ ਆ ਜਾਣਾ ਮੇਰੇ ਸੋ ਅਲੱਗ ਅਲੱਗ ਹੋ ਗਿਆ ਸਾਰਾ ਦੁਪੱਟਾ ਥੋੜਾ ਜ਼ਿਆਦਾ ਹੈ ਵੀ ਇਹਦੇ ਦੁਪੱਟੇ ਤੇ ਸੇਮ ਨੈਕ ਵਾਲਾ ਜੋ ਵਰਕ ਆ ਉਹ ਦੁਪੱਟੇ ਤੇ ਇਹਦਾ ਦੁਪੱਟਾ ਛੋਟਾ ਨਹੀਂ ਲੱਗਦਾ ਖੋਲਿਓ ਕਿ ਨਹੀਂ ਪੂਰਾ ਵੱਡਾ ਦੁਪੱਟਾ ਨਾ ਓਕੇ
ਸੋ ਖਾਮੀ ਆਪਾਂ ਫੜ ਲੈਣੀ ਆ ਤੁਸੀਂ ਮੈਂ ਤੁਹਾਡੇ ਨਾਲ ਆ ਟੈਨਸ਼ਨ ਨਾ ਲਿਓ ਜਿੱਥੇ ਮੈਨੂੰ ਲੱਗਿਆ ਨਾ ਕੁਛ ਵੀ ਆਹ ਚੀਜ਼ ਖਾਮੀ ਆ ਆਪਾਂ ਫੜ ਲੈਣੀ ਆ ਛੱਡ ਕੇ ਨਾ ਜਾਇਓ ਜਿਹੜਾ ਹੈਂਡ ਵਰਕ ਵਾਲਾ ਸੂਟ ਐਂਡ ਤੇ ਦਿਖਾਵਾਂਗੇ ਸਾਰਿਆਂ ਨੂੰ ਸਾਰਾ ਤੇ ਸਭ ਤੋਂ ਆਪਣੇ ਬੁਟੀਕ ਦੇ ਬਿਲਕੁਲ ਨਿਊ ਡਿਜ਼ਾਈਨ ਆਇਆ ਸੀਗਾ ਲੋ ਪਲਾਹ ਸੂਟ ਦੇਖ ਲੋ ਤੁਸੀਂ ਇਹਦੇ ਨਾਲ ਪਲੇਨ ਕਲਰ ਦੀ ਬਾਟਮ ਹੈ ਪਿੰਕ ਕਲਰ ਦੀ ਦੁਪੱਟਾ ਵੀ ਇਹਦਾ ਵੀ ਸੋਹਣਾ ਦੁਪੱਟਾ ਇਹ ਦੁਪੱਟਾ ਇਹਦੇ ਨਾਲ ਦੁਪੱਟੇ ਚ ਸਾਰੇ ਚ ਵਰਕ ਆ ਮਸਲੀਨ ਦਾ ਦੁਪੱਟਾ ਇਹਦੇ ਨਾਲ ਓਕੇ ਆ ਸਾਈਡਾਂ ਤੋਂ ਫਟੇ ਲਾ ਦੋ ਦੁਪੱਟਾ ਖੋਲ ਕੇ ਦਿਖਾਏ ਦੋ ਵਾਰ ਤੇ ਪਾਟੇ ਤਾਂ ਨਹੀਂ ਸੂਟ ਵਿੱਚ ਹੀ ਆਉਂਦੀ ਚਲੋ ਫਿਰ ਨੈਕਸਟ ਜਲਦੀ ਜਲਦੀ ਦਿਖਾ ਦੋ ਕਿੰਨੇ ਕੁ ਸੂਟ ਰਹਿ ਗਏ ਬੱਲੇ ਬੱਲੇ ਕਰ ਲਾਇਆ ਤਾਂ ਰੰਗ ਹੀ ਬੜੇ ਸੋਹਣੇ ਇਹਦੇ ਫੁਲਕਾਰੀ ਟਾਈਪ ਦਾ ਕਾਹਦੇ ਪਿੱਛੇ ਹੁਣ ਮੇਰੇ ਤਾਂ ਮੋਢੇ ਦੁਖਣ ਲੱਗ ਗਏ ਤੇਰੀ ਵੀਡੀਓ ਬਣਾਉਂਦੇ ਨੇ ਅੱਛਾ ਦੁਪੱਟਾ ਇਹ ਜ਼ਿਆਦਾ ਐਕਸਪੈਂਸਿਵ ਨਹੀਂ ਹੈਗਾ ਓਕੇ ਸਿੰਪਲ ਜੀ ਰੇਂਜ ਚ ਹੈ ਠੀਕ ਆ ਜੀ ਜਿਹੜੇ ਤੁਹਾਨੂੰ ਸਿੰਪਲ ਜੀ ਲੱਗਦੇ ਆ ਸਿੰਪਲ ਜੀ ਰੇਂਜ ਚ ਹੋਣਗੇ ਜਿਹੜੇ ਤੁਹਾਨੂੰ ਜ਼ਿਆਦਾ ਹਾਈਫਾਈ ਲੱਗਦੇ ਆ ਉਹ ਹਾਈਫਾਈ ਰੇਂਜ ਚ ਹੋਣਗੇ ਜ਼ਿਆਦਾ ਹਾਈਫਾਈ ਆ ਉਹ ਸਿੰਪਲ ਜੀ ਦੇ ਉਹਨਾਂ ਦੇ ਰੇਟ ਪ੍ਰਾਈਸ ਉਸ ਹਿਸਾਬ ਦੇ ਨੇ ਸਾਰਿਆਂ ਦੇ ਆ ਵੀ ਡਿਜ਼ਾਈਨ ਇੱਕ ਸੋਹਣਾ ਹੈ ਪਰਪਲ ਡਾਰਕ ਪਰਪਲ ਨਾਲ ਯੈਲੋ ਕਲਰ ਦੀ ਬਾਟਮ ਹੈ ਇਹਦੇ ਨਾਲ ਆ ਵਾਲੀ ਬਾਟਮ ਹੈ ਇਹਦੇ ਨਾਲ ਯੈਲੋ ਕਲਰ ਤੇ ਇਹਦਾ ਦੁਪੱਟਾ ਪਿਓਰ ਦਾ ਵਾਹ ਦੁਪੱਟੇ ਉੱਤੇ ਡਿਜ਼ਾਈਨਿੰਗ ਬੜੀ ਕੈਮ ਕੀਤੀ ਹੋਈ ਆ ਦੁਪੱਟੇ ਤੇ ਪ੍ਰਿੰਟਿੰਗ ਆ ਸੋ ਤੁਹਾਡੇ ਲਈ ਮਿਕਸ ਕਲੈਕਸ਼ਨ ਲੈ ਕੇ ਆਉਣੇ ਆ ਠੀਕ ਆ ਜਦੋਂ ਫਿਰ ਸਾਡੇ ਹੈਂਡ ਵਰਕ ਦੇ ਸੂਟ ਦਿਖਾਉਣੇ ਆ ਸੋ ਐਂਡ ਵਾਲੀ ਗੱਲ ਜਿਹੜਾ ਮੈਂ ਤੁਹਾਨੂੰ ਗੱਲ ਕਹਿੰਦਾ ਸੀਗਾ ਕਿ ਜਿਹੜਾ ਸੂਟ ਮੈਨੂੰ ਸਭ ਤੋਂ ਸੋਹਣਾ ਲੱਗਦਾ ਹੈਂਡ ਵਰਕ ਦਾ ਸੋ ਇੱਦਾਂ ਵਧੀਆ ਵਧੀਆ ਸੂਟ ਹੋ ਗਏ ਪਰ ਮੈਨੂੰ ਬਹੁਤ ਸੋਹਣਾ ਲੱਗਾ ਇਹ ਵਾਲਾ ਡਿਜ਼ਾਈਨ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਚੀਜ਼ਾਂ ਕੋਈ ਵੀ ਵੇਅਰ ਕਰ ਸਕਦਾ 올ਡ ਏਜ਼ ਬੰਦੇ ਤਾਂ ਨਹੀਂ ਪਾ ਸਕਦੇ ਓਏ ਝੂਠੀ ਬੋਲੀ ਜਾਂਦਾ ਇਸ ਵੇਅਰ ਦਾ ਤੂੰ ਬੰਦੇ ਪਾ ਸਕਦੇ ਤੂੰ ਦੱਸ ਦੇ ਫਿਰ ਤੁਸੀਂ ਕਾਹਤੋਂ ਕਹਿੰਦੇ ਹੋ ਕੋਈ ਵੀ ਵੇਅਰ ਕਰ ਸਕਦਾ ਬਈ ਲੇਡੀਜ਼ ਦੇ ਨਾਲ ਤੁਸੀਂ ਲਿਆ ਨੀ ਆਹ ਵੇਖੋ ਚਮਕਦਾ ਕਿਵੇਂ ਆ ਜਿੱਦਾਂ ਹੀਰੇ ਜਿਹੜੇ ਹੁੰਦੇ ਨੇ ਵਿੱਚ ਸਫਾਈ ਦੇਖੋ ਤੁਸੀਂ ਕਿੰਨੀ ਵਧੀਆ ਹੈਗੀ ਵਿੱਚ ਕੀਤੀ ਹੋਈ ਤੇ ਆਹ ਦੇਖੋ ਸਿੱਪੀਆਂ ਜਿਹਦੇ ਪਰ ਕਿੰਨੇ ਕਲਰ ਦੀਆਂ ਸਿੱਪੀਆਂ ਲੱਗੀਆਂ ਹੋਈਆਂ ਨੇ ਤੇ ਵੇਲਾ ਪੂਰੀਆਂ ਚਿਣੀਆਂ ਹੋਈਆਂ ਨੇ ਸਿੱਪੀ ਵੀ ਇਹ ਨੀ ਤੁਸੀਂ ਕਹਿ ਸਕਦੇ ਗਲਤ ਲੱਗੀ ਜਾਂ ਪੁੱਠੀ ਲੱਗੀ ਆ ਗਲੇ ਤੱਕ ਦੇਖ ਸਕਦੇ ਹੋ ਇੱਕ ਮਿੰਟ ਆਪਣਾ ਤਾਂ ਕੈਮਰਾ ਹੀ ਨੀ ਫੜਦਾ ਇਹਨੂੰ ਇੰਨੀ ਬਰੀਕੀ ਨੂੰ ਸੋ ਇੱਕ ਇੱਕ ਚੀਜ਼ ਜਿਹੜੀ ਆ ਨਾ ਇਹ ਹੱਥ ਦੇ ਨਾਲ ਲੱਗਦੀ ਆ ਸੋ ਇਸ ਲਈ ਇਹ ਮਹਿੰਗਾ ਪੈ ਜਾਂਦਾ ਜਲਸਾ ਕਿਉਂਕਿ ਇਹ ਤੇ ਮਿਹਨਤ ਬਹੁਤ ਜ਼ਿਆਦਾ ਆ ਓਕੇ ਮਗਜ਼ ਖਰਾਬ ਹੋ ਜਾਂਦੇ ਨੇ ਮੁਕਦੀ ਗੱਲ ਇਹ ਆ ਉਹ ਹਾਲ ਹੋ ਜਾਂਦਾ ਜਿਹੜਾ ਵਿਆਹ ਵਾਲੇ ਬੰਦੇ ਦਾ ਹੁੰਦਾ ਸੋ ਲਓ ਜੀ ਦੂਰੋਂ ਕਹਿੰਦੇ ਆ ਨਾ ਲਓ ਵੀ ਦੋਸਤੋ ਕਹਿੰਦੇ ਆ ਨਾ ਕਿ 84 ਲੱਖ ਜੂਨ ਮਗਰੋਂ ਬੰਦੇ ਦੀ ਜੂਨ ਮਿਲਦੀ ਆ ਸੋ ਵਿਆਹ ਕਰਾ ਕੇ ਬੰਦਾ ਉਹ ਵੀ ਖਰਾਬ ਕਰ ਲੈਂਦਾ ਓਕੇ ਆਹ ਸੂਟ ਤੁਹਾਨੂੰ ਦਿਖਾ ਰਹੇ ਸੀ ਕੈਮਰੇ ਦੇ ਮੂਹਰੇ ਆ ਤੇ ਬਹੁਤ ਸੋਹਣਾ ਸੂਟ ਮੈਨੂੰ ਲੱਗਾ ਸੀਗਾ ਸਾਰਿਆਂ ਦੇ ਨਾਲੋਂ
ਅੱਜ ਸੇਰਾ ਕੀ ਕਹਿੰਦੇ ਹੁੰਦੇ ਆ ਕਿ ਸਿੱਟਾ ਜਿਹੜਾ ਨਿਕਲਦਾ ਮੈਨੂੰ ਸਾਰਿਆਂ ਸੂਟਾਂ ਤੋਂ ਆਹ ਸੋਹਣਾ ਲੱਗਾ ਬਟ ਇਹਦਾ ਰੇਟ ਵੀ ਬਹੁਤ ਸੋਹਣਾ ਵਾ ਮਹਿੰਗਾ ਬਹੁਤ ਪੈਣਾ ਜਲਸਾ ਠੀਕ ਆ ਤੇ ਢੇਰ ਲਾਈ ਬੈਠੀ ਆ ਨੰਕਲ ਨੂੰ ਥਾਂ ਵੀ ਛੱਡ ਦਿੰਦੀ ਸਿੱਟੀ ਜਾਂਦੀ ਹੁਣ ਤਹਿਆਂ ਮਾਰਨੀਆਂ ਬਹੁਤ ਔਖੀਆਂ ਹੋ ਜਾਣੀਆਂ ਓਕੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਮਾਣ ਆਪਦੇ ਕੰਮ ਤੇ ਇਹਨੂੰ ਮਾਣ ਆ ਕੇ ਵੀ ਹਾਂ ਇਹ ਕੋਈ ਨੀ ਲੈਣਦਾ ਕਿਉਂਕਿ ਜਿਹੜੀ ਚੀਜ਼ ਖਰੀਦੀ ਜਾਂਦੀ ਆ ਨਾ ਕੋਈ ਵੀ ਕੰਮ ਦਿਲੋਂ ਕਰਦੇ ਨਾ ਮੈਂ ਬਾਈ ਤੁਸੀਂ ਲੈ ਲਓ ਮੇਰਾ ਬਸ ਹਿੱਲ ਗਿਆ ਡੋਬੇਗੀ ਪਰ ਬਚਾ ਤੀ ਆ ਚਲੋ ਦੋਸਤੋ ਲਾਓ ਜੂਗਾ ਤੇ ਉਮੀਦ ਕਰਦੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਊਗਾ ਤੇ ਕੱਲ ਫਿਰ ਨਵੇਂ ਵਲੌਗ ਦੇ ਵਿੱਚ ਮਿਲਦੇ ਆ ਸਾਰੇ ਜਣੇ ਜੁੜੇ ਰਹੋ ਠੀਕ ਆ ਅੱਜ ਮੈਂ ਕਾਫੀ ਇੰਟਰਵਿਊ ਕੀਤਾ ਤੇ ਸੌਰੀ ਮੰਗਦਾ ਆਪਣੀਆਂ ਭੈਣਾਂ ਤੋਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੀ ਵੀਡੀਓ ਨੂੰ ਅੱਜ ਸੂਟਾਂ ਹੀ ਨਾ ਕਰਿਓ ਐਵੇਂ ਕਿਹਦੇ ਘਰੇ ਕਲੇਸ਼ ਵਲੌਗ ਵੀ ਕਰ ਦਿਓ ਸੂਟਾਂ ਵਾਲੀ ਵੀਡੀਓ ਨਹੀਂ ਸ਼ੇਅਰ ਕਰਨੀ ਕਿਸੇ ਨੇ ਠੀਕ ਆ ਮੈਂ ਕਿਹਦੇ ਘਰੇ ਕਲੇਸ਼ ਪਊਗਾ ਸਹੀ ਗੱਲ ਹੈ ਨਾ ਓਕੇ ਬਾਈ ਲਾਓ ਜੂਗਾ ਤੇ ਮਿਲਦੇ ਆ ਹਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਆਪਣੇ ਜਸ ਸਿੱਧੂ ਨੂੰ ਦਿਓ ਛੁੱਟੀ ਤੇ ਰੀਤ ਫਰੈਸ਼ਨ ਬੁਟੀਕ ਦਾ ਕੋਈ ਸੂਟ ਨਹੀਂ ਖਰੀਦਣਾ ਜੇ ਮੇਰਾ ਯਾਰੀ ਹੈ ਤਾਂ ਸਤਿ ਸ਼੍ਰੀ ਅਕਾਲ ਹਾਂ ਹਾਂ।